ਸੁਖਵਿੰਦਰ ਸਿੰਘ ਸੁਖ ਸਰਕਾਰੀਆ ਇਹ ਰਾਜਾਸਾਂਸੀ ਤੋਂ ਉਮੀਦਵਾਰ ਨੇ ਕਾਂਗਰਸ ਦੇ 2007 ਚ ਜਿੱਤ ਹਾਸਲ ਕੀਤੀ 2012 ਚ ਜਿੱਤ ਹਾਸਲ ਕੀਤੀ 2017 ਚ ਵੀ ਜਿੱਤ ਹਾਸਲ ਕੀਤੀ ਤਾਂ ਇਹਨਾਂ ਦੇ ਕੋਲ ਵੀ ਚੌਕਾ ਲਗਾਉਣ ਦਾ ਮੌਕਾ ਹੈ ਕੀ ਚੌਕਾ ਲਗਾ ਪਾਉਣਗੇ ਕਿ ਇਸ ਵਾਰ ਫਿਰ ਤੋਂ ਰਾਜਾਸਾਂਸੀ ਹਲਕੇ ਤੋਂ ਜਿੱਤ ਹਾਸਲ ਕਰਨਗੇ ਚੌਥੀ ਵਾਰ ਜਿੱਤ ਹਾਸਲ ਕਰਨਗੇ ਇਸ ਵੇਲੇ ਦਾ ਸਵਾਲ ਅਸੀਂ ਉਹਨਾਂ ਸਾਰੇ ਚਿਹਰਿਆਂ ਦੀ ਚਰਚਾ ਕਰ ਰਹੇ ਹਾਂ ਜੋ ਲਗਾਤਾਰ ਤੀਸਰੀ ਵਾਰ ਜਾਂ ਫਿਰ ਚੌਥੀ ਵਾਰ ਚੋਣ ਲੜ ਰਹੇ ਨੇ ਲਗਾਤਾਰ ਜਿੱਤ ਹਾਸਲ ਕਰ ਰਹੇ ਨੇ ਤਾਂ ਸੁਖ ਸਰਕਾਰੀਆ ਵੀ ਚੌਥੀ ਵਾਰ ਉਹਨਾਂ ਦੇ ਕੋਲ ਮੌਕਾ ਹੈ ਅੱਗੇ ਵਧਦੇ ਹਾਂ ਮੋਹਾਲੀ ਹਲਕੇ ਤੋਂ ਬਲਬੀਰ ਸਿੱਧੂ ਚੌਥੀ ਵਾਰ ਚੋਣ ਮੈਦਾਨ ਦੇ ਵਿੱਚ ਨੇ ਚੌਥੀ ਵਾਰ ਜਿੱਤ ਹਾਸਲ ਕਰਨ ਦਾ ਮੌਕਾ ਹੈ ਲਗਾਤਾਰ ਜਿੱਤ ਹਾਸਲ ਕਰਨ ਦਾ ਮੌਕਾ ਹੈ 2007 ਚ ਜਿੱਤ ਹਾਸਲ ਕੀਤੀ 2012 ਤੇ 2017 ਚ ਵੀ ਜਿੱਤ ਹਾਸਲ ਕੀਤੀ ਤੇ 2022 ਚ ਫਿਰ ਤੋਂ ਚੋਣ ਮੈਦਾਨ ਚ ਨੇ ਫਿਰ ਤੋਂ ਨਜ਼ਰਾਂ ਨੇ ਕਿ ਕੀ ਬਲਬੀਰ ਸਿੱਧੂ ਲਗਾਤਾਰ ਚੌਥੀ ਵਾਰ ਜਿੱਤ ਹਾਸਲ ਕਰਨਗੇ ਕਿਉਂਕਿ ਲਗਾਤਾਰ ਤਿੰਨ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਕਿ ਇਸ ਵਾਰ ਵੀ ਜਿੱਤ ਹਾਸਲ ਕਰਨਗੇ ਚੌਕਾ ਲਗਾਉਣਗੇ ਤਾਂ ਅੱਗੇ ਆ ਸੁਜਾਨਪੁਰ ਤੋਂ ਦਿਨੇਸ਼ ਬੱਬੂ ਬੀਜੇਪੀ ਦੇ ਉਮੀਦਵਾਰ ਨੇ 2007 ਚ ਜਿੱਤ ਹਾਸਲ ਕੀਤੀ 12 ਚ ਤੇ 17 ਚ ਵੀ ਜਿੱਤ ਹਾਸਲ ਕੀਤੀ ਤਾਂ ਇਹਨਾਂ ਦੇ ਕੋਲ ਵੀ ਚੌਕਾ ਲਗਾਉਣ ਦਾ ਮੌਕਾ ਹੈ 2022 ਦੇ ਵਿੱਚ ਕੀ ਜਿੱਤ ਨੂੰ ਦੁਹਰਾ ਪਾਉਣਗੇ ਕੀ ਚੌਥੀ ਵਾਰ ਲਗਾਤਾਰ ਜਿੱਤ ਪਾਉਣਗੇ ਇਸ ਵੇਲੇ ਦਾ ਸਵਾਲ ਹੈ ਫੈਸਲਾ ਹੋ ਚੁੱਕਿਆ ਹੈ ਵੋਟਾਂ ਪੈ ਚੁੱਕੀਆਂ ਨੇ 10 ਮਾਰਚ ਨੂੰ ਸਾਫ ਹੋਏਗਾ ਕਿ ਕੀ ਦਿਨੇਸ਼ ਬੱਬੂ ਹਲਕਾ ਸੁਜਾਨਪੁਰ ਤੋਂ ਚੌਥੀ ਵਾਰ ਜਿੱਤ ਹਾਸਲ ਕਰਦੇ ਨੇ ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਉਮੀਦਵਾਰ ਨੇ ਡਿਪਟੀ ਸੀਐਮ ਨੇ ਹੋਮ ਮਿਨਿਸਟਰ ਨੇ ਲਗਾਤਾਰ ਤੀਸਰੀ ਵਾਰ ਇਹਨਾਂ ਦੇ ਕੋਲ ਮੌਕਾ ਹੈ ਹੈਟ੍ਰਿਕ ਬਣਾਉਣ ਦਾ ਮੌਕਾ ਹੈ ਸੁਖਜਿੰਦਰ ਰੰਧਾਵਾ ਦੇ ਕੋਲ 2012 ਚ ਜਿੱਤ ਹਾਸਲ ਕੀਤੀ 2017 ਚ ਜਿੱਤੇ ਤੇ 2022 ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨੇ ਜਿੱਤ ਹਾਸਲ ਕਰਨਗੇ ਜਾਂ ਨਹੀਂ ਇਹ ਫੈਸਲਾ 10 ਮਾਰਚ ਨੂੰ ਸਭ ਦੇ ਸਾਹਮਣੇ ਹੋਏਗਾ ਤਾਂ ਹੈਟ੍ਰਿਕ ਬਣਾਉਣ ਦਾ ਮੌਕਾ ਹੈ ਸੁਖਜਿੰਦਰ ਰੰਧਾਵਾ ਦੇ ਕੋਲ ਤਾਂ ਤ੍ਰਿਪਤ ਰਜਿੰਦਰ ਬਾਜਵਾ ਦੀ ਗੱਲ ਕਰਦੇ ਹਾਂ ਅਗਲੇ ਉਮੀਦਵਾਰ ਤ੍ਰਿਪਤ ਰਜਿੰਦਰ ਬਾਜਵਾ ਕੈਬਨਿਟ ਮੰਤਰੀ ਨੇ ਫਤਿਹਗੜ੍ਹ ਚੂੜੀਆਂ ਤੋਂ ਚੋਣ ਲੜ ਰਹੇ ਨੇ ਦੋ ਵਾਰ ਜਿੱਤ ਚੁੱਕੇ ਨੇ ਹੈਟ੍ਰਿਕ ਲਗਾਉਣ ਦਾ ਮੌਕਾ ਹੈ ਇਹਨਾਂ ਦੇ ਕੋਲ ਵੀ 2012 ਤੇ 2017 ਚ ਜਿੱਤ ਹਾਸਲ ਕੀਤੀ ਹੈ ਤੇ 2022 ਦੇ ਵਿੱਚ ਫਿਰ ਚੋਣ ਮੈਦਾਨ ਦੇ ਵਿੱਚ ਨੇ ਹੈਟ੍ਰਿਕ ਬਣਾ ਪਾਉਣਗੇ ਜਾਂ ਨਹੀਂ ਇਹ 10 ਮਾਰਚ ਨੂੰ ਪਤਾ ਲੱਗੇਗਾ 10 ਮਾਰਚ ਨੂੰ ਨਤੀਜੇ ਸਭ ਦੇ ਸਾਹਮਣੇ ਹੋਣਗੇ ਤਾਂ ਹਲਕਾ ਅੰਮ੍ਰਿਤਸਰ ਵੈਸਟ ਦੀ ਗੱਲ ਕਰਦੇ ਹਾਂ ਜਿੱਥੋਂ ਰਾਜਕੁਮਾਰ ਵੇਰਕਾ ਕਾਂਗਰਸ ਦੇ ਉਮੀਦਵਾਰ ਨੇ ਇਹਨਾਂ ਦੇ ਕੋਲ ਵੀ ਹੈਟ੍ਰਿਕ ਲਗਾਉਣ ਦਾ ਮੌਕਾ ਹੈ 2012 ਤੇ 2017 ਲਗਾਤਾਰ ਜਿੱਤ ਹਾਸਲ ਕੀਤੀ ਤੇ 2022 ਦੇ ਵਿੱਚ ਲਗਾਤਾਰ ਜਿੱਤ ਹਾਸਲ ਕਰਨ ਦਾ ਮੌਕਾ ਹੈ ਹੈਟ੍ਰਿਕ ਬਣਾਉਣ ਦਾ ਮੌਕਾ ਹੈ ਕੀ ਬਣ ਪਾਏਗੀ ਜਾਂ ਨਹੀਂ 10 ਮਾਰਚ ਨੂੰ ਪਤਾ ਲੱਗੇਗਾ ਲੇਕਿਨ ਰਾਜਕੁਮਾਰ ਵੇਰਕਾ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨੇ ਹਲਕਾ ਅੰਮ੍ਰਿਤਸਰ ਵੈਸਟ ਤੋਂ ਲਗਾਤਾਰ ਤੀਸਰੀ ਵਾਰ ਉਹਨਾਂ ਦੇ ਕੋਲ ਮੌਕਾ ਹੈ ਹੈਟ੍ਰਿਕ ਬਣਾਉਣ ਦਾ ਅੱਗੇ ਵਧਦੇ ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗਾ ਹਲਕਾ ਗਿੱਦੜਬਾਹਾ ਤੋਂ ਤੀਸਰੀ ਵਾਰ ਇਹਨਾਂ ਦੇ ਕੋਲ ਵੀ ਮੌਕਾ ਹੈ 2012 ਚ ਜਿੱਤ ਹਾਸਲ ਕੀਤੀ 2017 ਚ ਜਿੱਤ ਹਾਸਲ ਕੀਤੀ ਤੇ 2022 ਚ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨੇ ਫਿਰ ਤੋਂ ਇੱਕ ਵਾਰ ਮੌਕਾ ਹੈ ਹੈਟ੍ਰਿਕ ਦਾ ਮੌਕਾ ਹੈ ਰਾਜਾ ਵੜਿੰਗ ਦੇ ਕੋਲ ਵੀ ਟਰਾਂਸਪੋਰਟ ਮੰਤਰੀ ਬਣੇ ਹੁਣ ਤੇ ਹੁਣ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਚ ਨੇ ਲਗਾਤਾਰ ਕੀ ਤੀਸਰੀ ਵਾਰ ਜਿੱਤ ਹਾਸਲ ਕਰ ਪਾਉਣਗੇ ਉਹਨਾਂ ਦੇ ਕੋਲ ਮੌਕਾ ਹੈ ਹੈਟ੍ਰਿਕ ਬਣਾਉਣ ਦਾ ਅਗਲੇ ਉਮੀਦਵਾਰ ਦੀ ਗੱਲ ਕਰਦੇ ਹਾਂ ਹਲਕਾ ਦੀਨਾਨਗਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਅਰੁਣਾ ਚੌਧਰੀ ਕੈਬਨਿਟ ਮੰਤਰੀ ਨੇ ਇਹਨਾਂ ਦੇ ਕੋਲ ਵੀ ਹੈਟ੍ਰਿਕ ਬਣਾਉਣ ਦਾ ਮੌਕਾ ਹੈ 2012 ਚ ਜਿੱਤ ਹਾਸਲ ਕੀਤੀ 2017 ਚ ਜਿੱਤ ਹਾਸਲ ਕੀਤੀ ਤੇ 2022 ਦੇ ਵਿੱਚ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨੇ ਫਿਰ ਤੋਂ ਕੀ ਤੀਸਰੀ ਵਾਰ ਲਗਾਤਾਰ ਜਿੱਤ ਹਾਸਲ ਕਰ ਸਕਣਗੇ ਹਾਲਾਂਕਿ ਬਹੁਤ ਸਾਰੇ ਅਜਿਹੇ ਕੈਂਡੀਡੇਟ ਹੋਣਗੇ ਜਿਨ੍ਹਾਂ ਨੇ 3 ਜਾਂ 4 ਵਾਰ ਜਿੱਤ ਹਾਸਲ ਕੀਤੀ ਹੋਈ ਲੇਕਿਨ ਅਸੀਂ ਉਹਨਾਂ ਦਾ ਜ਼ਿਕਰ ਕਰ ਰਹੇ ਹਾਂ ਜੋ ਲਗਾਤਾਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤਾਂ ਹਾਸਲ ਕਰ ਰਹੇ ਨੇ ਅੱਗੇ ਵਧਦੇ ਹਾਂ ਲੁਧਿਆਣਾ ਵੈਸਟ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਕੈਬਨਿਟ ਮੰਤਰੀ ਨੇ ਇਹਨਾਂ ਦੇ ਕੋਲ ਵੀ ਹੈਟ੍ਰਿਕ ਬਣਾਉਣ ਦਾ ਮੌਕਾ ਹੈ 2012-2017 ਚ ਲਗਾਤਾਰ ਜਿੱਤ ਹਾਸਲ ਕੀਤੀ ਤੇ 2022 ਚ ਫਿਰ ਤੋਂ ਉਮੀਦਵਾਰ ਨੇ ਫਿਰ ਤੋਂ ਕੀ ਜਿੱਤ ਹਾਸਲ ਕਰ ਪਾਉਣਗੇ 10 ਮਾਰਚ ਨੂੰ ਨਤੀਜੇ ਆਉਣਗੇ ਲੇਕਿਨ ਤੀਸਰੀ ਵਾਰ ਲਗਾਤਾਰ ਕੀ ਜਿੱਤ ਹਾਸਲ ਕਰ ਪਾਉਣਗੇ 2022 ਚ ਫਿਰ ਤੋਂ ਚੋਣ ਮੈਦਾਨ ਚ ਨੇ ਕਾਂਗਰਸ ਦੇ ਕੈਂਡੀਡੇਟ ਨੇ ਲੁਧਿਆਣਾ ਵੈਸਟ ਤੋਂ ਤਾਂ ਇਸੇ ਤਰ੍ਹਾਂ ਪ੍ਰਗਟ ਸਿੰਘ ਜਲੰਧਰ ਕੈਂਟ ਤੋਂ ਇਸ ਕਾਂਗਰਸ ਦੇ ਉਮੀਦਵਾਰ ਨੇ ਹਾਲਾਂਕਿ ਪਾਰਟੀ ਜ਼ਰੂਰ ਬਦਲੀ ਹੈ ਪਹਿਲਾਂ ਅਕਾਲੀ ਦਲ 'ਚ ਵੀ ਰਹੇ ਨੇ 2012 'ਚ ਜਿੱਤ ਹਾਸਲ ਕੀਤੀ 2017 'ਚ ਜਿੱਤ ਹਾਸਲ ਕੀਤੀ 2022 'ਚ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨੇ ਸਿੱਖਿਆ ਮੰਤਰੀ ਖੇਡ ਮੰਤਰੀ ਬਣੇ ਤੇ ਇਸ ਵਾਰ ਫਿਰ ਤੋਂ ਚੋਣ ਮੈਦਾਨ 'ਚ ਨੇ ਕੀ ਹੈਟ੍ਰਿਕ ਬਣ ਪਾਏਗੀ ਕਿ ਤੀਸਰੀ ਵਾਰ ਲਗਾਤਾਰ ਜਿੱਤ ਹਾਸਲ ਕਰਨਗੇ 10 ਮਾਰਚ ਨੂੰ ਨਤੀਜੇ ਸਭ ਦੇ ਸਾਹਮਣੇ ਹੋਣਗੇ ਤਾਂ ਅੱਗੇ ਗੱਲ ਕਰਦੇ ਹਾਂ ਗੁਰਕੀਰਤ ਸਿੰਘ ਕੋਟਲੀ ਹਲਕਾ ਖੰਨਾ ਤੋਂ ਗੁਰਕੀਰਤ ਸਿੰਘ ਕੋਟਲੀ ਵੀ ਤੀਸਰੀ ਵਾਰ ਉਹਨਾਂ ਦੇ ਕੋਲ ਮੌਕਾ ਹੈ ਹੈਟ੍ਰਿਕ ਬਣਾਉਣ ਦਾ ਖੰਨਾ ਤੋਂ ਕਾਂਗਰਸ ਦੇ ਉਮੀਦਵਾਰ ਨੇ 2012 ਚ 2017 ਚ ਜਿੱਤ ਹਾਸਲ ਕੀਤੀ ਤੇ 2022 ਚ
फिर तो गुरकीरत कोटली दे कोल मौका है। खन्ना तो कांग्रेस के उम्मीदवार ने दो बार लगातार जित हासिल की है, तो तीसरी बार फिर तो मौका है कि तीसरी बार लगातार जित हासिल कर पाएंगे। 10 मार्च नूं नतीजा सब दे सामने होगा। एक बार फिर तो जिक्र कर रहे हैं असी के असी जो लगातार जित रहे ने, जो लगातार जो विधानसभा चोणां जित रहे ने उन्हां दा जिक्र कर रहे हैं। हालांकि हो सकता है कि विच दी वह भी कैंडीडेट होन जो एक चोण हारे होन विधानसभा दी लेकिन फिर लगातार जिते होन, लेकिन असी उन्हां दा जिक्र कर रहे हैं जो लगातार जित्तां हासिल कर रहे ने। अगे लोक इंसाफ पार्टी के कैंडीडेट बलविंदर सिंह बैंस ये भी तीसरी बार हैट्रिक बनाने का मौका है। लुधियाना साउथ तो कैंडीडेट ने 2012 च जित हासिल की, 2017 च जित हासिल की, 2022 च फिर तो चोन मैदान दे विच ने कि इस बार भी जित हासिल कर पाएंगे, हैट्रिक बना पाएंगे, ये 10 मार्च नूं नतीजे दसंगे। तो गल करते हैं एनके शर्मा की, अकाली दल के उम्मीदवार ने डेरा बसी तो इन्हों के कोल भी हैट्रिक लगाने का मौका है। 2012 च जित हासिल की, 2017 च जित हासिल की, 2022 च फिर तो चोन मैदान दे विच ने। नतीजा की होएगा 10 मार्च नूं सब दे सामने होएगा, लेकिन ये भी दो बार लगातार जित चुके ने, तीसरी बार की लगातार जित हासिल कर सकते ने, ये सवाल है इस वेले। 10 मार्च नूं इसका भी नतीजा आएगा, खुलासा होएगा। तो अकाली दल दे वल्लों मुल्लांपुर दाखा तो मनप्रीत अयाली उम्मीदवार ने इन्हों के कोल भी तीसरी बार हैट्रिक लगाने का मौका है। 2012 च जित हासिल की, जिमनी चोणों के 2019 च जित हासिल की, 2022 चोण मैदान दे विच ने, ते इन्हों के कोल भी तीसरा मौका है इस बार की तीसरी बार लगातार जित हासिल कर पाएंगे। 10 मार्च नूं नतीजा आएगा। हैट्रिक लगाउण दा मौका कुलजीत नागरा दे कोल भी है, कांग्रेस दे उम्मीदवार ने फतेहगढ़ साहिब तो। कुलजीत नागरा 2012 दे विच जित हासिल की, 2017 दे विच भी जित हासिल की, 2022 च फिर तो चोण मैदान दे विच ने कि तीसरी बार लगातार जित पाएंगे कुलजीत नागरा, ये सवाल है। 10 मार्च नूं नतीजा आएगा। फतेहगढ़ साहिब तो कांग्रेस दे उम्मीदवार ने कुलजीत नागरा, जिन्हां दे कोल भी हैट्रिक लगाउण दा मौका है। तो अगे गल करदे आं नवतेज चीमा दी, सुल्तानपुर लोधी तो उम्मीदवार ने 2012 च जित हासिल की, 2017 दे विच जित हासिल की, 2022 च इन्हां दे कोल भी हैट्रिक लगाउण दा मौका है। जित हासिल हुंदी है या नहीं ये जरूर वेखण वाला होएगा। काफ़ी इंट्रस्टिंग सीट भी रही है सुल्तानपुर लोधी, जिथे जो काफ़ी विवाद भी इस सीट के उत्ते नज़र आया है। नवतेज चीमा दे कोल भी हैट्रिक लगाउण दा मौका है, लगा पाउणगे या नहीं 10 मार्च नूं पता लगेगा। ते अगे परमिंदर पिंकी कांग्रेस दे उम्मीदवार ने फिरोजपुर सिटी तो, इन्हां दे कोल भी हैट्रिक लगाउण दा मौका है। 2012 च जित हासिल की, 2017 च जित हासिल की, तीसरी बार हुण 2022 च जित हासिल करदे ने या नहीं 10 मार्च नूं पता लगेगा, लेकिन इन्हां दे कोल भी इस बार हैट्रिक बनाउण दा मौका है। यानी कि लगातार चोणां जित रहे ने उह कैंडीडेट्स, दो बार लगातार चोणां जितते ने, तीसरी बार का यह मौका है कि लगातार जित पाएंगे। हरदयाल कंबोज कांग्रेस के कैंडीडेट ने राजपुरा हल्के तो, इन्हों के कोल भी हैट्रिक लगाने का मौका है। 2012-2017 च लगातार जित हासिल की, 2022 च फिर तो चोण लड़ रहे ने, फिर तो चोण मैदान च ने कि तीसरी बार लगातार जित हासिल करेंगे। 10 मार्च नूं पता लगेगा। हरदयाल कंबोज राजपुरा तो कांग्रेस के उम्मीदवार ने, तो इन्हों के कोल भी मौका है हैट्रिक बनाने का। ते अगले कैंडीडेट खडूर साहिब तो रमनजीत सिक्की 2012 दे विच जित हासिल की, 2017 दे विच भी जित हासिल की, 2022 च फिर तो कांग्रेस ने इन्हां ते भरोसा जताया है, फिर तो टिकट दिती है। खडूर साहिब हल्के तो लगातार दो बार जित चुके ने, ते इस बार तीसरी बार मौका है हैट्रिक बनाउण दा। महज 3 दिन ने नतीजियां च, ते असीं तुहानूं उन्हां कैंडीडेट्स दे बारे दस रहे हां जो कि लगातार इन्हां सीटां दे उत्ते जित्तां हासिल कर रहे ने, लगातार जित्ते ने, ते इस बार भी उन्हां दे कोल मौका है कि उसे जित नूं दोहरा पाउंदे ने या नहीं। तां कि कैप्टन अमरिंदर सिंह पटियाला शहरी तो पंजाब लोक कांग्रेस दे उम्मीदवार ने, इस बार कांग्रेस दे मुख्यमंत्री सी लेकिन अपनी पार्टी हुण बनाई है ते बीजेपी दे नाल मिल के चोणां लड़ियां ने पंजाब लोक कांग्रेस दे उम्मीदवार ने। इस बार कैप्टन अमरिंदर सिंह पटियाला शहरी तो पंजवीं वार की जित हासिल कर पाएंगे। 2002 च जितते, 2007 च जितते, 2012 च जितते, 2017 च जितते, ते की 2022 च भी इस जित नूं दोहरा पाएंगे, ये इस वेले दा सवाल है। कैप्टन अमरिंदर सिंह पंजवीं वार विधानसभा पहुंचण दा मौका है पटियाला शहरी तो।
2002, 2007, 2012, 2017 जित हासिल की लगातार दी असी गल कर रहे हैं कि लगातार जिहड़ी जिहड़ी विधानसभा चोण हुई उस दे विच जित हासिल की। साधु सिंह धरमसोत नाभा तो कांग्रेस के उम्मीदवार ने इन्हों के कोल भी पांचवीं बार लगातार विधानसभा पहुंचने का मौका है। 2002, 2007, 2012, 2017 जित हासिल की है, लगातार जितते ने 2022 भी जित हासिल करन दा मौका है। फैसला 10 मार्च नूं आएगा, लेकिन पांचवीं बार विधानसभा पहुंचने का मौका है, पांचवीं बार लगातार विधानसभा पहुंचने का इन्हों के कोल भी मौका है।